ਹਾਂਜੀ ਸਾਥੀਓ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਦੇ ਹਾਂਜੀ ਦੋਸਤੋ ਹਾਜ਼ਰ ਹੋਏ ਇੱਕ ਵੱਡੀ ਦੀ ਨਵੀਂ ਅਪਡੇਟ ਲੈ ਕੇ ਦੋਸਤੋ ਗੱਲ ਕਰਦੇ ਆ ਕਬੱਡੀ ਦੀ ਵੱਡੀ ਚੈਂਪੀਅਨਸ਼ਿਪ ਦੀ ਹਾਂਜੀ ਦੋਸਤੋ ਜਿਹੜੀ ਕਿ 20 ਜਨਵਰੀ 2024 ਨੂੰ ਪਿੰਡ ਜਮਰੇੜੀ ਵਿਖੇ ਪੇਵਾ ਹਰਿਆਣਾ ਵਿਖੇ ਹੋਣ ਜਾ ਰਹੀ ਹੈ ਅੱਜ ਦੋਸਤੋ ਜਿੱਥੇ ਚਾਰ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ ਤੇ ਦੋਸਤੋ ਜਿੱਥੇ ਮਾਝਾ ਮਾਲਵਾ ਦੁਆਬਾ ਤੇ ਹਰਿਆਣਾ ਹਰਿਆਣਾ ਦੀ ਟੀਮ ਵਿੱਚ ਚੋਟੀ ਦੇ ਖਿਡਾਰੀਆਂ ਦੀ ਚੋਟੀ ਦੀ ਟੱਕਰ ਹੋਵੇਗੀ ਤੇ ਦੋਸਤੋ ਜਿੱਥੇ ਵੱਡੇ ਇਨਾਮ ਦਿੱਤੇ ਜਾਣਗੇ ਤੇ ਇਨਾਮਾਂ ਦੀ ਗੱਲ ਕਰ ਲਈਏ ਤਾਂ ਪਹਿਲਾ ਇਨਾਮ ਹੋਵੇਗਾ 5 ਲੱਖ ਰੁਪਿਆ ਦੂਸਰਾ ਇਨਾਮ ਹੋਵੇਗਾ 4 ਲੱਖ ਰੁਪਿਆ ਤੇ ਦੋਸਤੋ ਬੈਸਟ ਰੇਡਰ ਤੇ ਯਾਫੀ ਨੂੰ 1-1 ਲੱਖ ਰੁਪਿਆ ਦਿੱਤਾ ਜਾਵੇਗਾ ਤੇ ਤੁਹਾਨੂੰ ਨਾਲ ਹੀ ਦੱਸ ਦਈਏ ਸੈਮੀਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ ਵੀ 2-2 ਲੱਖ ਰੁਪਏ ਦਿੱਤੇ ਜਾਵੇਗਾ ਤੇ ਦੋਸਤੋ ਸੈਮੀਫਾਈਨਲ ਵਿੱਚ ਵੀ ਬੈਸਟ ਖਿਡਾਰੀ ਕੱਢੇ ਜਾਣਗੇ ਤੇ ਬੈਸਟਾਂ ਨੂੰ 51-51 ਹਜ਼ਾਰ ਰੁਪਿਆ ਦਿੱਤਾ ਜਾਵੇਗਾ ਤਾਂ ਦੋਸਤੋ ਫਿਰ ਤੋਂ ਕਰ ਲੋ ਨੋਟ ਹਾਂਜੀ ਦੋਸਤੋ ਕਰ ਲੋ ਨੋਟ ਜਮਰੇੜੀ ਪੇਵਾ ਹਰਿਆਣਾ ਦੀ ਕਬੱਡੀ ਦੀ ਵੱਡੀ ਚੈਂਪੀਅਨਸ਼ਿਪ ਜੋ ਕਿ ਆਉਣ ਵਾਲੀ 20 ਜਨਵਰੀ ਨੂੰ ਹੋਵੇਗੀ ਹਾਂਜੀ ਦੋਸਤੋ ਇਸ ਕਬੱਡੀ ਕੱਪ ਉਤੇ ਪੋਸਟਰ ਸ਼ੇਅਰ ਕੀਤਾ ਜਾ ਰਿਹਾ ਜਿਸ ਵਿੱਚ ਪਾਲੇ ਤੇ ਦੁੱਲੇ ਵਰਗੇ ਚੋਟੀ ਦੇ ਖਿਡਾਰੀਆਂ ਦੀ ਫੋਟੋ ਲਾਈ ਗਈ ਹੈ ਹਾਂਜੀ ਦੋਸਤੋ ਹੋ ਸਕਦਾ ਹੈ ਕਿ ਪਾਲਾ ਤੇ ਦੁੱਲਾ ਵੀ ਇਸ ਕਬੱਡੀ ਕੱਪ ਉਤੇ ਖੇਡਣ ਪਹਿਲਾਂ ਵੀ ਕਈ ਕੱਪਾਂ ਉਤੇ ਪਾਲਾ ਜਲਾਲਪੁਰ ਦੇ ਖੇਡਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਹਾਂਜੀ ਦੋਸਤੋ ਹੋ ਸਕਦਾ ਹੈ ਕਿ ਇਸ ਵਾਰ ਕਬੱਡੀ ਦਾ ਸੀਜ਼ਨ ਪਾਲਾ ਜਲਾਲਪੁਰ ਪੰਜਾਬ ਵਿੱਚ ਖੇਡੇ ਤਾਂ ਜੁੜੇ ਰਹੋ ਚੈਨਲ ਦੇ ਨਾਲ ਹਾਜ਼ਰ ਹੋਵਾਂਗੇ ਕਬੱਡੀ ਦੀ ਕੋਈ ਨਵੀਂ ਅਪਡੇਟ ਲੈ ਕੇ ਜਿਵੇਂ ਹੀ ਇਸ ਕੱਪ ਸੰਬੰਧੀ ਖਿਡਾਰੀਆਂ ਦੀ ਜਾਣਕਾਰੀ ਮਿਲੇਗੀ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇਗੀ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ